ਸ੍ਰੀਕਾਲ ਜੀ, ਮੈਂ ਮੀਤਾ ਖੰਨਾ ਬ੍ਰੈਂਪਟਨ ਕੈਨੇਡਾ ਤੋਂ ਅੱਜ ਤੁਹਾਡੇ ਨਾਲ ਮੁਖਾਤਿਬ ਹਾਂ। ਮੈਂ ਪਵਨ ਪ੍ਰਵਾਸੀ ਜੀ ਦੇ ਯੂਟਿਊਬ ਚੈਨਲ ਪੰਜਾਬੀ ਸਾਂਝ ਤੇ, ਔਰ ਤੁਸੀਂ ਜਿਵੇਂ ਜਾਣਦੇ ਹੋ ਕਿ ਪਵਨ ਪ੍ਰਵਾਸੀ ਜੀ ਜਰਮਨੀ 'ਚ ਰਹਿੰਦੇ ਹੋਏ ਵੀ ਆਪਣੇ ਪੰਜਾਬੀ ਸੱਭਿਆਚਾਰ ਔਰ ਲਿਟਰੇਚਰ ਸਾਹਿਤ ਨੂੰ ਬਹੁਤ ਜ਼ਿਆਦਾ ਪ੍ਰਮੋਟ ਕਰਦੇ ਨੇ, ਔਰ ਇੱਕ ਡਿਜੀਟਲ ਨਿਊਜ਼ਪੇਪਰ ਵੀ ਛਾਪਦੇ, ਮੈਗਜ਼ੀਨ ਵੀ ਛਾਪਦੇ ਨੇ, ਉਹਦਾ ਨਾਮ ਵੀ ਪੰਜਾਬੀ ਸਾਂਝ ਹੈ। ਔਰ ਉਸ ਮੈਗਜ਼ੀਨ ਵਿੱਚ ਉਹਨਾਂ ਨੇ ਸਾਡੇ ਨਾਲ ਜੋ ਅੱਜ ਮਹਿਮਾਨ ਬੈਠੇ ਨੇ ਰਮਿੰਦਰ ਵਾਲੀਆ ਜੀ, ਜੋ ਰਮਿੰਦਰ ਰੰਮੀ ਜੀ ਦੇ ਨਾਮ ਤੇ ਲਿਖਦੇ ਨੇ, ਇਹਨਾਂ ਦੀਆਂ ਕਵਿਤਾਵਾਂ ਛਾਪੀਆਂ। ਮੈਂ ਇਸ ਤੋਂ ਪਹਿਲੇ ਕਿ ਇਹਨਾਂ ਦੀ ਇੰਟਰੋਡਕਸ਼ਨ ਦਿਆਂ, ਮੈਂ ਇਹਨਾਂ ਦਾ ਪਹਿਲੇ ਸਵਾਗਤ ਕਰ ਦਿੰਦੀ ਹਾਂ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਅਤੇ ਰਮਿੰਦਰ ਵਾਲੀਆ ਜੀ ਕੈਨੇਡਾ ਵਿੱਚ ਹੀ, ਬਰੈਂਪਟਨ ਕੈਨੇਡਾ ਵਿੱਚ ਹੀ ਰਹਿੰਦੇ ਨੇ, ਔਰ ਬਹੁਤ ਹੀ ਨਾਮਚੀਨ ਕਵਿਤਰੀ ਹੈਗੇ ਨੇ। ਹਾਲਾਂਕਿ ਇਹਨਾਂ ਨੂੰ ਲਿਖਦੇ ਹੋਏ ਸਿਰਫ ਇੱਕ ਸਾਲ ਹੀ ਹੋਇਆ, ਪਰ ਇਹਨਾਂ ਨੇ ਇੰਨੇ ਛੋਟੇ ਵਕਫੇ 'ਚ ਵੀ ਬਹੁਤ ਨਾਮ ਕਮਾ ਲਿਆ, ਔਰ ਬਹੁਤ ਹੀ ਮਕਬੂਲ ਲਿਖਦੇ ਨੇ, ਬਹੁਤ ਹੀ ਵਧੀਆ, ਬੜੀਆਂ ਇਮੋਸ਼ਨਲ, ਪਿਆਰੀਆਂ, ਮਿੱਠੀਆਂ ਮਿੱਠੀਆਂ ਗੱਲਾਂ ਆਪਣੀ ਕਵਿਤਾਵਾਂ ਰਾਹੀਂ ਸਾਂਝੀਆਂ ਕਰਦੇ ਨੇ ਸਾਡੇ ਨਾਲ। ਅਤੇ ਰਮਿੰਦਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਵਨ ਪ੍ਰਵਾਸੀ ਜੀ ਦੇ ਬਾਰੇ ਤੇ ਉਹਨਾਂ ਦੇ ਪਵਨ ਪ੍ਰਵਾਸੀ ਪੇਜ ਜੀ ਨੂੰ ਬਾਰੇ? ਇਹਨਾਂ ਦੇ ਪੇਜ ਤੇ ਜਿਹੜਾ ਚੈਨਲ ਯੂਟਿਊਬ ਤੇ ਸ਼ੁਰੂ ਕੀਤਾ ਆ, ਹਾਂਜੀ, ਪੰਜਾਬੀ ਸਾਂਝ, ਸਾਂਝ, ਇਹਨਾਂ ਨੂੰ ਢੇਰ ਸਾਰੀਆਂ ਮੁਬਾਰਕਾਂ ਦਿੰਦੇ ਆ। ਯੈਸ, ਬਿਲਕੁਲ ਜੀ, ਬਹੁਤ ਮੁਬਾਰਕ ਦੀ ਗੱਲ ਹੀ ਹੈ। ਔਰ ਹਾਂਜੀ, ਮੁਬਾਰਕਾਂ ਨੇ ਇਹ ਪੰਜਾਬੀ ਸਾਂਝ ਪੇਪਰ ਵੀ ਨਿਕਾਲਦੇ ਨੇ, ਹਾਂਜੀ ਔਰ ਹਾਂਜੀ, ਮੇਰੀਆਂ ਕਵਿਤਾਵਾਂ ਵੀ ਲਗਾਉਂਦੇ ਨੇ। ਬਹੁਤ ਅੱਛੀ ਗੱਲ ਹੈ ਜੀ। ਇਹਨਾਂ ਨੇ ਕਿਹਾ ਸੀ ਮੀਤਾ ਜੀ ਨਾਲ ਅਸੀਂ ਕਰ ਰਹੇ ਹਾਂ, ਤੇ ਢੇਰੋਂ ਢੇਰ ਮੀਤਾ ਜੀ ਨੂੰ ਵੀ ਪਹਿਲਾਂ ਤੇ ਵਧਾਈਆਂ ਦੇਈ, ਇਹਨਾਂ ਦਾ ਬਰਥਡੇ ਵੀ ਹੈ ਤੇ ਨਾਲ ਅੱਜ ਪਹਿਲਾ ਦਿਨ ਹੈ ਮੇਰੇ ਨਾਲ ਸ਼ੁਰੂ ਕਰ ਜੀ ਰਹੇ, ਡਬਲ ਜੀ ਡਬਲ ਜੀ ਮੁਬਾਰਕਾਂ। ਬਿਲਕੁਲ ਬਿਲਕੁਲ, ਬਹੁਤ ਅੱਛੀ ਸ਼ੁਰੂਆਤ ਤੇ ਹੋਈ ਹੈ। ਇਹਦੇ ਹੱਕਦਾਰ ਪਵਨ ਪ੍ਰਵਾਸੀ ਜੀ ਨੇ, ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ ਕਹਿ ਰਹੇ ਹੋ ਤੁਸੀਂ, ਜਿਨ੍ਹਾਂ ਨੇ ਸਾਨੂੰ ਰੂਬਰੂ ਕਰਵਾਇਆ, ਹਾਂਜੀ, ਉਹਨਾਂ ਦੇ ਨਾਲ ਸਾਨੂੰ। ਬਿਲਕੁਲ ਸਹੀ ਗੱਲ ਹੈ। ਤੇ ਮੈਨੂੰ ਤੁਸੀਂ ਇਹ ਦੱਸੋ ਕਿ ਤੁਸੀਂ, ਤੁਹਾਡੀ ਜੰਮ ਪਲ ਕਿੱਧਰ ਦੀ ਹੈ ਰਮਿੰਦਰ ਜੀ, ਔਰ ਤੁਸੀਂ ਕਦੋਂ ਤੋਂ ਲਿਖਣਾ, ਮਤਲਬ ਲਿਖਣ ਦਾ ਤੁਹਾਨੂੰ ਸ਼ੌਂਕ ਕਦੋਂ ਤੋਂ ਹੈ? ਮੇਰਾ ਬਰਥ ਪਲੇਸ ਤੇ ਜਲੰਧਰ ਹੈ, ਮੇਰੇ ਅੱਛਾ ਫਾਦਰ ਅੱਛਾ ਐਮਏ ਐਸਸੀ ਸੀ ਇਸ ਕਰਕੇ, ਪਰ ਅੱਛਾ ਬਹੁਤ ਅੱਛਾ ਛੋਟੀ ਸੀ ਜਦ ਅੰਮ੍ਰਿਤਸਰ ਦੀ ਅੱਛਾ 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 ਠੀਕ ਹੈ ਜੀ। ਲਿਖਣਾ ਤੇ ਉਹ ਹੀ ਕਿ ਦੋ ਸ਼ੌਕ ਸੀ ਬਚਪਨ ਦੇ, ਅੱਛਾ, ਪੜ੍ਹਨਾ ਲਿਖਣਾ ਤੇ ਗੁਰੂ ਘਰ ਨਾਲ। ਪ੍ਰੀਤੀ, ਹਾਂ, ਕੀ ਬਾਤ ਹੈ। ਕੀਰਤਨ 9th ਕਲਾਸ ਚ ਪੜ੍ਹਦੇ ਸੀ ਜਦ ਕੀਰਤਨ ਸਿੱਖਿਆ ਸੀ, ਦੋ ਅੱਛਾ ਸਾਲ ਹੀ ਅੱਛਾ ਕੀਤਾ ਫਿਰ ਨਹੀਂ ਕੀਤਾ, ਅੱਛਾ ਅੱਛਾ, ਉਹ ਵੀ ਕੀਰਤਨ ਚੰਡੀਗੜ੍ਹ 22 ਸਾਲ 23 ਸਾਲ ਬਾਅਦ ਸ਼ੁਰੂ ਕੀਤਾ, ਕੀ ਬਾਤ ਹੈ। ਤੇ ਕਲਮ ਮੈਂ ਜਿਹੜੀ ਉਹ ਮੈਂ 43 ਈਅਰ ਬਾਅਦ ਪਕੜੀ, ਕਾਲਜ ਮੈਗਜ਼ੀਨ ਸੇ ਲਿਖਦੀ ਕੀ ਸੀ ਬਾਤ ਹੈ, ਆਰਟੀਕਲ, ਇੰਨੇ ਲੰਬੇ ਸਟੋਰੀ, ਇੰਤਜ਼ਾਰ ਤੋਂ ਬਾਅਦ ਕਲਮ ਪਕੜੀ ਤੇ ਕੀ ਪਕੜੀ, ਦੇਖੋ ਜੀ, ਹੈ ਨਾ। ਦੋਨੇ ਸ਼ੌਕ ਪੂਰੇ ਹੋਏ, ਉਮਰ ਨਹੀਂ ਹੁੰਦੀ। ਵੈਰੀ ਗੁੱਡ। ਕੀਰਤਨ ਬਾਰੇ ਤੇ ਮੈਂ ਵੀ ਜਾਣਦੀ ਹਾਂ, ਪਿਛਲੇ ਸਾਲ ਸਾਡੀ ਬੇਬੀ ਦਾ ਪਹਿਲਾ ਬਰਥਡੇ ਸੀਗਾ, ਤੇ ਰਮਿੰਦਰ ਜੀ ਨੇ ਕੀਰਤਨ ਕੀਤਾ ਸੀ, ਬਹੁਤ ਹੀ ਵਧੀਆ ਕੀਰਤਨ ਕੀਤਾ ਸੀ, ਬਹੁਤ ਹੀ ਅੱਛੀ ਲੋ ਲੱਗ ਗਈ ਸੀ ਸਭ ਦੀ। ਤੇ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਜੋ ਕੈਨੇਡਾ ਵਿੱਚ ਜਦੋਂ ਦੇ, ਕਦੋਂ ਦੇ ਆਏ ਹੋ ਵੈਸੇ? 10 ਸਾਲ ਹੋ ਗਏ, 10 ਸਾਲ ਬੇਟਾ ਮੇਰਾ ਇੱਥੇ ਅੱਛਾ, ਤੇ ਆਏ ਸੀ 2007 ਚ, ਤੇ ਉਸ ਤੋਂ ਬਾਅਦ ਦਾ ਸਾਡਾ 8-9 ਦਾ ਇੱਥੇ ਲੱਗੇ ਹੋਏ। ਚਲੋ, ਅੱਗੇ ਗੱਲਾਂ ਅਸੀਂ ਕਰਦੇ ਰਾਂਗੇ, ਪਰ ਪਹਿਲੇ ਤੁਸੀਂ ਇੱਕ ਕਵਿਤਾ ਜ਼ਰੂਰ ਸਾਂਝੀ ਕਰੋ, ਕਿਉਂਕਿ ਇਹ ਜਿਹੜਾ ਚੈਨਲ ਹੈ ਇਹ ਸਾਹਿਤ ਦਾ ਚੈਨਲ ਹੈ, ਔਰ ਇਹਦੇ ਵਿੱਚ ਅਸੀਂ ਕਵਿਤਾ ਤਾਂ ਜ਼ਰੂਰ ਤੁਹਾਡੀ ਸੁਣਨੀ ਹੀ ਸੁਣਨੀ ਹੈ, ਹੈ ਨਾ। ਤੇ ਬਾਕੀ ਹੋਰ ਅਸੀਂ ਗੱਲਾਂ ਬਾਤਾਂ ਕਰਦੇ ਰਾਂਗੇ ਪਵਨ ਪ੍ਰਵਾਸੀ ਜੀ ਦੇ ਪੇਜ ਤੇ, ਅਸੀਂ ਹੋਰ ਲੋਕਾਂ ਨੂੰ ਵੀ ਲੈ ਕੇ ਆਵਾਂਗੇ ਜਿਹਨਾਂ ਦੇ ਨੂੰ ਰਮਿੰਦਰ ਜੀ ਆਪਣੀ ਕਵਿਤਾ ਕੱਢ ਰਹੇ ਨੇ, ਤੇ ਮੈਂ ਦੱਸਦੇ ਹਾਂ ਸਾਰੇ ਦਰਸ਼ਕਾਂ ਨੂੰ, ਔਰ ਮੈਂ ਆਪ ਹੀ ਆਪਣੀਆਂ ਚੀਜ਼ਾਂ ਕੁਛ ਤੁਹਾਡੇ ਨਾਲ ਸਾਂਝੀ ਕਰਦੀ ਰਹਾਂਗੀ ਜਿਵੇਂ ਜਿਵੇਂ ਟਾਈਮ ਮਿਲਦਾ ਰਹੇਗਾ, ਹੈ ਨਾ। ਔਰ ਮੈਨੂੰ ਤੁਸੀਂ ਇਹ ਦੱਸੋ ਕਿ ਤੁਸੀਂ ਇੱਥੇ ਕੈਨੇਡਾ ਵਿੱਚ ਕਿੰਨੀਆਂ, ਕਿਸ ਤਰ੍ਹਾਂ ਸਭਾਵਾਂ ਨਾਲ ਕਿਵੇਂ ਜੁੜੇ ਹੋਏ ਹੋ ਤੁਸੀਂ? ਬਸ 3 ਸਾਲ ਪਹਿਲੇ ਇੱਥੇ ਦਿਸ਼ਾ ਕਾਨਫਰੰਸ ਹੋਈ ਸੀ ਪਰਮਜੀਤ ਦਿਓਲ ਦੇ ਸੱਦੇ ਤੇ, ਮੈਂ ਜੁਆਇਨ ਕੀਤੀ। ਅੱਛਾ ਜੀ, 2 ਕੁ ਸਾਲ ਹੋਏ ਨੇ ਇੱਥੇ, ਕਾਫੀ ਹੈਗੀਆਂ ਨੇ ਸਾਹਿਤਕ ਜਿਹੜੀਆਂ ਨਾ ਹਾਂਜੀ ਆਰਗੇਨਾਈਜੇਸ਼ਨ, ਸੰਸਥਾਵਾਂ ਕਾਫੀ ਨੇ ਜੀ, ਤੇ ਆਲਮੋਸਟ ਸਭ ਚੀਜ਼ ਆਈਦਾ ਹੈ ਨਾ। ਅੱਛਾ ਅੱਛਾ, ਤੇ ਸੁਣਦੇ ਸੀ ਜਾ ਕੇ, ਤੇ ਜਾ ਕੇ ਸੁਣਦੀ ਸੀ ਤੇ ਫਿਰ ਮੈਨੂੰ ਲੱਗਦਾ ਸੀ ਕਿ ਪਤਾ ਨਹੀਂ ਕੀ ਕਵਿਤਾ ਜੀ ਲਿਖੀ ਜਾਂਦੇ ਹੈਗੇ ਨੇ, ਆਪਾਂ ਵੀ ਇੱਕ ਦਿਨ ਟਰਾਈ ਕਰਦੇ। ਮੈਂ ਸੁਰਜੀਤ ਜੀ ਨੂੰ ਦਿਖਾਇਆ, ਕਹਿੰਦੇ ਬੜੀ ਵਧੀਆ ਲਿਖੀ, ਮੈਂ ਨਹੀਂ ਕਿਤੇ ਤੇ ਗਲਤੀ ਹੋਣੀ, ਬਸ ਤਦ ਦਾ ਉਹੀ ਫਿਰ ਮੈਂ ਕਵਿਤਾ ਲਿਖ ਰਹੀ ਹਾਂ ਨਾ। ਜੋ ਪਰਮਜੀਤ ਦਿਓਲ ਔਰ ਸੁਰਜੀਤ ਜੀ ਦਾ ਨਾਮ ਇਹਨਾਂ ਨੇ ਲਿਆ, ਉਹ ਇੱਧਰ ਬ੍ਰੈਂਪਟਨ ਦੇ ਹਾਂ, ਦੋਨੋਂ ਕਵਿਤਰੀਆਂ ਨੇ, ਹਾਂਜੀ, ਤੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਜ਼ਰੂਰ ਇੱਕ ਦਿਨ ਜੀ। ਇਰਸ਼ਾਦ, ਹਾਂ, ਇਹ ਮੈਂ ਲਿਖੀ 3 ਦਿਨ ਪਹਿਲੇ, ਕਿਸ ਨੂੰ ਆਖਾਂ ਜੀ, ਕਿਸ ਨੂੰ ਆਖਾਂ
ਕਦੀ ਤੇ ਆਕੇ ਹਾਲ ਮੇਰਾ ਵੀ ਪੁੱਛ ਜਾਇਆ ਕਰੋ, ਆਕੇ ਮੇਰੇ ਦਰਦਾਂ ਤੇ ਮਲਮ ਵੀ ਲਗਾ ਜਾਇਆ ਕਰੋ, ਕਿਸ ਨੂੰ ਅੱਖਾਂ ਐਵੇਂ ਕੋਲੋਂ ਦੀ ਨਾ ਰੁਸ ਕੇ ਲੰਘ ਜਾਇਆ ਕਰੋ, ਕਿਆ ਬਾਤ ਹੈ, ਕਦੀ ਆਕੇ ਪਿਆਰ ਨਾਲ ਗੱਲ ਵੀ ਲਾਇਆ ਕਰੋ, ਕਿਸ ਨੂੰ ਆਖਾਂ ਕਦੀ ਤੇ ਆਕੇ ਮਿਲ ਵੀ ਜਾਇਆ ਕਰੋ, ਕੁਝ ਆਪਣੇ ਕੋ ਕੁਝ ਸਾਡੇ ਵੀ ਸੁਣ ਜਾਇਆ ਕਰੋ। ਸਹੀ ਗੱਲ ਜੀ। ਕਿਸ ਨੂੰ ਆਖਾਂ ਛੱਡੋ ਸਾਰੇ ਝਗੜੇ ਚ ਮਿਲੇ, ਗੀਤ ਪਿਆਰ ਦੇ ਗਾਇਆ ਵੀ ਕਰੋ, ਕਿਸ ਨੂੰ ਆਖਾਂ ਨਾ ਕਰ ਮੇਰੀ ਮੇਰੀ ਸਜਣਾ, ਇਹ ਤਨ ਤਾਂ ਹੈ ਮਿੱਟੀ ਦੀ ਢੇਰੀ ਸਜਣਾ। ਬਿਲਕੁਲ। ਕਿਸ ਨੂੰ ਆਖਾਂ ਦਰਦ ਵਿਛੋੜੇ ਦਾ ਹਾਲ ਵੇ ਸਜਣਾ, ਮੇਰਾ ਤਾਂ ਹਾਲ ਹੋਇਆ ਬਿਹਾਰ ਸਜਣਾ। ਕਿਸ ਨੂੰ ਆਖਾਂ ਇੱਕ ਵਾਰੀ ਤੇ ਮਿਲ ਜਾਵੇ ਸਜਣਾ, ਮੇਰੀ ਅੱਖਾਂ ਦੀ ਪਿਆਸ ਬੁਝਾਵੇ ਸਜਣਾ, ਕਿਸ ਨੂੰ ਆਖਾਂ ਕਦੀ ਤੇ ਆਕੇ ਹਾਲ ਮੇਰਾ ਵੀ ਪੁੱਛ ਜਾਇਆ ਕਰੋ, ਆਕੇ ਮੇਰੇ ਦਰਦਾਂ ਤੇ ਮਲਮ ਵੀ ਲਗਾ ਜਾਇਆ ਕਰੋ। ਆਇਆ ਜੀ, ਬਹੁਤ ਵਧੀਆ ਜੀ, ਬਹੁਤ ਖੂਬਸੂਰਤ। ਦੇਖੋ ਕਿੰਨੀ ਪਿਆਰ ਦੀ ਗੱਲ, ਔਰ ਮੈਨੂੰ ਐਸਾ ਲੱਗ ਰਿਹਾ ਕਿ ਤੁਹਾਡੀ ਜਿਹੜਾ ਜੁੜਾਵ ਹੈ ਨਾ, ਕਿਉਂਕਿ ਰੱਬ ਨਾਲ ਬਹੁਤ ਹੈ, ਗੁਰੂ ਘਰ ਨਾਲ ਪ੍ਰੀਤੀ ਹੈ, ਰੱਬ ਨਾਲ ਜੁੜਾਵ ਹੈ, ਤੁਸੀਂ ਤੁਹਾਡੀਆਂ ਕਵਿਤਾਵਾਂ ਇਹ ਚ ਜ਼ਰੂਰ ਝਲਕਦਾ ਰਹਿੰਦਾ। ਤੇ ਤੁਸੀਂ ਹੋਰ ਕਿਹੜੀ, ਹੁਣ ਕਿਹੜੀ ਕਵਿਤਾ ਸਾਨੂੰ ਸੁਣਾਓਗੇ ਤਾਂ ਕਿ ਲੋਕਾਂ ਨੂੰ ਪਤਾ ਪਹਿਲੇ ਲੱਗੇ? ਮੈਂ ਪਵਨ ਪ੍ਰਵਾਸੀ ਜੀ ਨੂੰ ਦੱਸਦੇ ਆ ਕਿ ਮੀਤਾ ਜੀ ਵੀ ਬਹੁਤ ਅੱਛੇ ਸਿੰਗਰ ਨੇ, ਮੈਂ ਅੱਜ ਇਹਨਾਂ ਨੂੰ ਕਹਾਂਗੀ ਅੱਜ ਇਹਨਾਂ ਦਾ ਬਰਥਡੇ, ਸਾਨੂੰ ਵੀ ਕੋਈ ਨਾ ਐਕਚੁਅਲੀ ਮੈਂ ਜ਼ਿਆਦਾ ਮੈਂ ਤੇ ਤੁਹਾਡੇ ਬਾਰੇ ਜਾਣਨਾ ਚਾਹੁੰਦੀ ਸੀ, ਤੁਹਾਡੇ ਕੋਲੋਂ ਕਵਿਤਾ ਸੁਣਨਾ ਚਾਹੁੰਦੀ। ਅੱਜ ਤੁਹਾਡਾ ਬਰਥਡੇ ਤੇ ਸਾਡੇ ਨਾਲ ਜੀ ਇੱਕ ਛੋਟਾ ਜਿਹਾ ਮੈਂ ਬਸ ਇੱਕ ਅੰਤਰਾ ਸੁਣਾਵਾਂਗੀ, ਜ਼ਿਆਦਾ ਨਹੀਂ ਸੁਣਾਉਂਦੀ ਕਿਉਂਕਿ ਅੱਜ ਤੇ ਰਮਿੰਦਰ ਵਾਲੀਆ ਜੀ ਦਾ ਦਿਨ ਹੈ, ਇਹਨੇ ਨੂੰ ਇਹ ਹੋਰ ਕਵਿਤਾ ਆਪਣੀ ਚੂਜ਼ ਕਰ ਰਹੇ ਨੇ ਕਿਹੜੀ ਮੋਬਾਈਲ ਵਿੱਚੋਂ, ਤੇ ਇਹਨੇ ਨੂੰ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਗੀਤ ਇੱਕ ਅੰਤਰਾ ਸੁਣਾਵਾਂਗੀ। ਮੈਂ ਸੁਰਿੰਦਰ ਕੌਰ ਜੀ ਦੀ ਬਹੁਤ ਵੱਡੀ ਫੈਨ ਹਾਂ, ਉਹਨਾਂ ਨੂੰ ਬਹੁਤ ਫੋਲੋ ਕਰਦੀ ਹਾਂ, ਉਹਨਾਂ ਦੀ ਬੇਟੀ ਡੋਲੀ ਗੁਲੇਰੀਆ ਜੀ ਹੈ, ਉਹਨਾਂ ਦੇ ਨਾਲ ਮੈਂ ਗਾਇਆ ਵੀ ਹੈ, ਔਰ ਉਹ ਮੇਰੇ ਗੁਰੂ ਵੀ ਹੈ। ਮੈਂ ਉਹਨਾਂ ਦੇ ਗੀਤ, ਉਹਨਾਂ ਦਾ ਇੱਕ ਗੀਤ ਤੁਹਾਨੂੰ ਸੁਣਾਉਂਦੀ ਹਾਂ। ਤਾਰਿਆਂ ਦੀ ਰਾਣੀ ਵੇ ਬਿੱਲੋ ਮੇਰਾ ਨਾਂ, ਤਾਰਿਆਂ ਦੀ ਰਾਣੀ ਤੇ ਬਿੱਲੋ ਮੇਰਾ ਨਾਂ, ਪੈਰੀ ਪੱਕੇ ਚਾਂਚਰਾ ਮੈਂ ਨੱਚਦੀ ਫਿਰਾਂ ਵੇ, ਮੈਂ ਨੱਚਦੀ ਫਿਰਾਂ ਲੋਕੋ ਨੱਚਦੀ ਫਿਰਾਂ, ਤਾਰਿਆਂ ਦੀ ਰਾਣੀ ਤਾਰਿਆਂ ਦੀ ਰਾਣੀ, ਸੱਸ ਮੇਰੀ ਪਿੰਡ ਵਿੱਚ ਵੱਡੇ ਸ਼ਿਰਨੀ, ਸੱਸ ਮੇਰੀ ਪਿੰਡ ਵਿੱਚ ਵੱਡੇ ਸ਼ਿਰਨੀ, ਲੋਕੀ ਮੈਨੂੰ ਕਹਿੰਦੇ ਰਾਂਝਣੇ ਦੀ ਹਿਰਨੀ, ਲੋਕੀ ਮੈਨੂੰ ਕਹਿੰਦੇ ਰਾਂਝਣੇ ਦੀ ਹਿਰਨੀ, ਮਾਹੀ ਆਪਣੇ ਤੋਂ ਮੈਂ ਚਾਨੇ ਆਪਣੇ ਤੋਂ ਮੈਂ, ਵਾਰੀ ਵਾਰੀ ਜਾਵੇ ਮੈਂ ਨੱਚਦੀ ਫਿਰਾਂ ਲੋਕੋ ਨੱਚਦੀ ਫਿਰਾਂ, ਤਾਰਿਆਂ ਦੀ ਰਾਣੀ ਤਾਰਿਆਂ ਦੀ ਰਾਣੀ। ਕਦੇ ਕਦੇ ਜੀ ਕਰਦਾ ਹੈ ਕਿ ਫਿਰ ਬਚਪਨ ਵਿੱਚ ਚਲੇ ਜਾਵਾਂ, ਮਾਂ ਦੀਆਂ ਪੱਕੀਆਂ ਖਾਵਾਂ, ਮਾਂ ਦੇ ਗੱਲ ਲੱਗ ਜਾਵਾਂ ਤੇ ਕਹਾਂ ਅੰਮੜੀਏ ਤੂੰ ਠੀਕ ਕਹਿੰਦੀ ਸੀ ਕਿ ਰੱਬਾ ਤੀਹ ਦੇਵੇਂ ਤੇ ਉਹਨਾਂ ਦੇ ਕਰਮ ਚੰਗੇ ਹੋਣ, ਜਿੱਥੇ ਜਾਂ ਸੁਖੀ ਵਸੀ। ਕਦੇ ਕਦੇ ਜੀ ਕਰਦਾ ਹੈ ਦੁੱਖ ਦਰਦ ਤੇ ਸੰਸਕਾਰਾਂ ਦਾ ਲਾਹ ਸੁੱਟਾਂ ਲਿਬਾਸ ਮੈਂ, ਕਿਤੋਂ ਪੰਖ ਉਧਾਰੇ ਮਿਲ ਜਾਣ ਤੇ ਪੰਛੀ ਬਣ ਉੱਡ ਜਾਵਾਂ, ਖੁੱਲੀ ਫਿਜ਼ਾ ਵਿੱਚ ਜਾ ਭਰਾਂ ਉਡਾਰੀ ਮੈਂ ਤੇ ਆਨੰਦਿਤ ਮਹਿਸੂਸ ਕਰਾਂ। ਕਦੇ ਕਦੇ ਜੀ ਕਰਦਾ ਹੈ ਗਿਆਨ ਤੇ ਸਾਈ ਦੀ ਖੋਜ ਵਿੱਚ ਸਾਧ ਬਣ ਜਾਵਾਂ ਮੈਂ, ਕਿਤੇ ਜੰਗਲ ਬੇਲੇ ਪਹਾੜ ਦੀ ਗੁਫਾ ਵਿੱਚ ਬੈਠ ਸਮਾਧੀ ਵਿੱਚ ਲੀਨ ਹੋ ਜਾਵਾਂ। ਕਦੇ ਕਦੇ ਜੀ ਕਰਦਾ ਹੈ ਆਪਣੇ ਤੇ ਕੋਈ ਨਜ਼ਮ ਲਿਖਾਂ ਮੈਂ, ਸੋਚਦੀ ਹਾਂ ਮੈਂ ਤੇ ਇੱਕ ਬੰਦ ਕਿਤਾਬ ਹਾਂ, ਕੋਈ ਕਵਿਤਾ ਵਿੱਚ ਮੈਨੂੰ ਕਿਵੇਂ ਪੜ੍ਹ ਸਕੇਗਾ। ਕਦੇ ਕਦੇ ਜੀ ਕਰਦਾ ਹੈ ਛੱਡ ਮਨਾ ਦੁਨੀਆਂ ਦੇ ਝਮੇਲੇ ਨੂੰ, ਸਭ ਕਾਸੇ ਤੋਂ ਬੇਪਰਵਾਹ ਹੋ ਜਾਈਏ, ਦੁੱਖਾਂ ਦਰਦਾਂ ਦੀ ਤਖਤੀ ਲਾ ਦਈਏ, ਕਦੀ ਹੱਸੀਏ ਕਦੀ ਚੀਕੀਏ, ਕਦੀ ਨੱਚੀਏ ਕਦੀ ਗਾਈਏ ਜੀਏ, ਕਦੀ ਨੱਚੀਏ ਕਦੀ ਗਾਈਏ, ਜ਼ਿੰਦਗੀ ਨੂੰ ਕਮਲਿਆਂ ਵਾਂਗ ਜੀ ਲਈਏ। ਕਦੇ ਕਦੇ ਜੀ ਕਰਦਾ ਹੈ ਜੀ ਭਰ ਕੇ ਰੋਲਾਂ ਮੈਂ, ਕਿਸੇ ਐਸੀ ਜਗ੍ਹਾ ਤੁਰ ਜਾਵਾਂ ਜਿੱਥੇ ਬੰਦਾ ਨਾ ਮੰਦੇ ਦੀ ਜਾਤ ਹੋਵੇ, ਮੁੜ ਵਾਪਸ ਕਦੀ ਨਾ ਆਵਾਂ ਪ੍ਰਭੂ ਦੇ ਵਿੱਚ ਲੀਨ ਹੋ ਜਾਵਾਂ। ਕਿਆ
बहुत ही रूहानी, बहुत ही, देखो जी, कदे कदे जी करता है कि कमली वांग नचिए, कमलियां वांग नचिए, या रब नाल लीन हो जाइए। इस तो उच्ची सोच। और जदों तुसी इहो जिहियां कवितावां पढ़दे हो तो फिर तुहानूं इंसान दी शख्सियत दा अंदाजा भी हो जाता है। ते बहुत थोड़ा समय हैगा क्योंकि असीं यूट्यूब ते लोड करनियां हुंदियां ते छोटियां वीडियोज भी पानियां पैंदियां सानूं, ते दिल ते बिल्कुल नहीं कर रहा कि दिल ते करदा होर सुनी जाइए, बड़ियां सोहणियां सोहणियां, रूहानी जिहा माहौल भी बन गया। पर फिर असीं दोबारा कदी जरूर रमिंदर रमी जी नूं लै के तुहाडे सामने हाजिर होवांगे। ते अज लई बस इन्ना ही। बहुत बहुत शुक्रिया दोबारा तो पवन परवासी जी नूं, बहुत बहुत पवन परवासी जी मुबारकबाद नूं मुबारकबाद जी, ते शुक्रिया अदा करते हैं शुक्रिया जिन्हां जी ने जी सानूं जी ये मान बख्शा है बिल्कुल। इस स्टेज ते आउण दा हाँ जी हाँ जी। ते उन्हां नाल रूबरू होण दा। और इसी तरह ही तुसी अच्छिया अच्छिया चीजा, अच्छे अच्छे काम करते रहो। और जेडे श्रोता, जेडे दर्शक ए वीडियो देखते ने, वो जरूर अपना फीडबैक दें जी। थैंक यू सो मच, बहुत बहुत थैंक यू शुक्रिया। गॉड जी। ब्लेस ऑल।